हाँ जी किसान भीरों स्वागत है तुहाड़ा अपने यूट्यूब चैनल बावा डेयरी फार्म के उत्ते जी। अज की वीडियो में आप तन नग सेल लैके आए जी। दो बई गावं ने सूईया भी हैं, एक झोटी है बई गबण। आओ पुछ लैने बई थोड़ा डेर बई जी। सत श्रीकाल। सत श्रीकाल जी। हो ठीक हो जी? वधिया। हाँ जी बहुत वधिया जी। वधिया चलता काम कार? हाँ जी हाँ जी वधिया। बई नाम ते एड्रेस बोल दो। नाम मेरा कुलदीप सिंह जी, पिंड सुखानंद दा। ਤੇ ਭਗਤਾ ਭਾਈ ਦਾ ਸ਼ਹਿਰ ਕੋਲੇ ਇਹ ਪਿੰਡ ਆ ਜੀ, ਜ਼ਿਲ੍ਹਾ ਮੋਗਾ ਪੈਂਦਾ ਜੀ ਸਾਨੂੰ। ਠੀਕ ਆ ਬਾਈ। ਤਹਿਸੀਲ? ਤਹਿਸੀਲ ਬਾਗਾ ਪੁਰਾਣਾ ਪੈਂਦੀ ਹੈ ਜੀ। ਮੋਬਾਈਲ ਨੰਬਰ ਬੋਲ ਦੇ। 94171 ਜੀ 10523। ਇਹ ਬਾਈ ਦਾ ਕੰਟੈਕਟ ਨੰਬਰ ਆ, ਬਾਕੀ ਸਕਰੀਨ ਤੇ ਚੱਲ ਰਿਹਾ, ਨੋਟ ਕਰ ਲਓ ਜੀ। ਬਾਈ ਜਿਹੜੀ ਪਹਿਲੇ ਨੰਬਰ ਤੇ ਬੈਠਦੇ ਨੇ, ਕਿਹੜਾ ਸੂ ਸੂਈ ਆ ਇਹ? ਦੂਜੇ ਸੂਏ ਸੂਈ ਆ ਜੀ ਇਹ। ਕਦੋਂ ਸੂਈ ਆ ਬਾਈ? ਇਹਨੂੰ ਸੂਈ ਨੂੰ ਹੋ ਗਈ 2.5 ਮਹੀਨੇ। ਆ ਬੱਚੀ ਹੈ ਜੀ ਮਗਰ ਇਹਦੇ। ਬੱਚਾ ਬਾਈ ਮਗਰ ਬੱਚੀ ਆ। ਬੱਚੀ ਬੱਚੀ ਵੀ ਬਹੁਤ ਚੰਗੀ ਆ, ਪ੍ਰਿੰਟ ਪ੍ਰਿੰਟ ਬਹੁਤ ਚੰਗਾ। 2.5 ਮਹੀਨੇ ਹੋ ਗਏ ਬਾਈ? ਹਾਂਜੀ ਹਾਂਜੀ। ਠੀਕ ਆ। ਕਿੰਨਾ ਕੁ ਦੁੱਧ ਆ ਬਾਈ? 13 ਕਿਲੋ ਦੁੱਧ ਆ ਇਸ ਵੇਲੇ। ਨੈਟ ਤਿਆਰ ਆ ਬਾਈ? ਹਾਂਜੀ 13 ਕਿਲੋ ਦੁੱਧ ਤਿਆਰ ਆ। ਚੋਣ ਨੂੰ ਸੀਲ ਆ ਪੂਰੀ ਫੁੱਲ। ਤੇ ਥਣ ਤੁਸੀਂ ਤੁਸੀਂ ਵੇਖੀ ਜਾਂਦੇ ਵੀਡੀਓ ਚ, ਧਾਰ ਪੋਲੀ ਆ ਪੂਰੀ, ਮੋਟੀ ਧਾਰ ਆ ਪੂਰੀ। ਥਣ ਦੇਖੋ ਬਾਈ, ਕੱਲਾ ਕੱਲਾ ਥਣ, ਚਾਰੇ ਥਣ ਨਿਕਲ ਮੇ ਗੁਲਾਬੀ ਥਣ, ਮੁੱਠੀ ਵਾਲਾ ਥਣ ਲੱਗਿਆ ਬਾਈ। ਬਾਈ ਦੀ ਵੀ ਬਾਈ ਕਹਿੰਦਾ ਨੰਬਰ 1 ਆ, ਪੋਲੀ ਆ ਪੂਰੀ। ਆਰਡਰ ਦੇਖ ਲਓ ਬਾਈ, ਆਰਡਰ ਬਹੁਤ ਚੰਗਾ, ਕਰਮ ਵਾਲੀ ਦਾ ਥਣ ਬਿੱਡ ਚੰਗਾ ਤੇ ਰੰਗ ਰੂਪ ਵੀ ਚੰਗਾ, ਬਿਊਟੀ ਪੱਖ ਤੋਂ ਠੀਕ ਆ। ਬੈਡ ਖੋਲ ਲਾ ਬਾਈ, ਤੋਰ ਕੇ ਦਿਖਾ ਦੇ। ਕੀ ਮੁੱਲ ਆ ਭਰਾ ਦਾ? ਇਹਦਾ ਮੁੱਲ ਜੀ 47,000 ਰੁਪਈਆ ਜੀ। ਮਾਨਤਾਨ ਹੋ ਜੂ? ਹਾਂਜੀ ਹਾਂਜੀ ਕੀਤਾ ਜਾਊਗਾ। ਠੀਕ ਆ, 47,000 ਰੁਪਈਆ ਮੁੱਲ ਆ ਮਾਨਤਾਨ, ਜਿਹੜਾ ਮੌਕੇ ਤੇ ਜ਼ਰੂਰ ਹੋ ਜੂ। ਤੋਰਾ ਚੰਗਾ, ਰੰਗ ਰੂਪ ਚੰਗਾ, ਕੁਆਲਿਟੀ ਚੰਗੀ ਆ। ਮੋੜ ਲਿਆ ਬਾਈ ਦੁੱਧ। ਬਾਈ ਕਹਿੰਦਾ 13 ਲੀਟਰ ਇਸ ਟਾਈਮ ਨੈੱਟ ਬਾਈ ਤਿਆਰ ਆ। ਹਾਂਜੀ 13 ਲੀਟਰ ਦੁੱਧ, ਭਾਵੇਂ 3 ਡੰਗ 4 ਡੰਗ ਅਗਲਾ ਮਿਣ ਕੇ ਲੈ ਜੀ। ਠੀਕ ਆ ਬਾਈ, ਮੁੱਲ ਵੀ ਜਾਇਜ਼ ਆ 47,000 ਰੁਪਈਆ, ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂਗਾ। ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੂਆ ਸੂਈ ਵੀ ਆ? ਇਹ ਪਹਿਲਾ ਸੂਆ ਸੂਈ ਵੀ ਆ ਜੀ ਇਹ। ਕਦੋਂ ਸੂਈ ਆ ਬਾਈ? ਇਹਨੂੰ ਹੋ ਗਈ 20 ਦਿਨ ਸੂਈ ਨੂੰ। ਬੱਚਾ ਕੀ ਆ ਬਾਈ? ਬੱਚਾ ਜੀ ਇਹਦੇ ਮਗਰ। ਬੱਚਾ ਬਾਈ, ਦੁੱਧ ਕਿੰਨਾ ਹੁਣ ਬਾਈ? ਦੁੱਧ 13 ਕਿਲੋ ਆ ਜੀ ਇਸ ਲਈ। ਨੈੱਟ ਤਿਆਰ ਆ ਬਾਈ? ਹਾਂਜੀ ਹਾਂਜੀ। ਠੀਕ ਆ, 13 ਲੀਟਰ। ਹਾਂਜੀ, ਚੋਣ ਨੂੰ ਇਹ ਵੀ ਸੀਲ ਆ ਬਿਲਕੁਲ, ਜਿਵੇਂ ਪਹਿਲੇ ਸੂਏ ਸੂਈ ਆ। ਇਹਨੂੰ ਐ ਕੋਈ ਡੱਕਾ ਨਹੀਂ ਲੱਗ, ਜਿਵੇਂ ਮਰਜ਼ੀ ਬਹਿ ਜਾਓ। ਮੈਂ ਨਾ ਬਾਈ ਜੀ ਜਿਵੇਂ ਮਰਜ਼ੀ ਬਹਿ ਜਾਓ, ਕੋਈ ਡੱਕਾ ਨਹੀਂ ਥਣ ਨਿਕਲਵੇਂ ਪੂਰੇ। ਹਾਂਜੀ ਹਾਂ, ਧਾਰ ਵੀ ਪੂਰੀ ਪੋਲੀ ਆ ਜੀ ਧਾਰ। ਠੀਕ ਆ, ਖੋਲ ਲਾ ਬਾਈ, ਤੋੜ ਕੇ ਦਿਖਾ ਦੇ। ਜ਼ਿਆਦਾ ਬਰੀਟ ਚੰਗੀ ਆ ਤੇ ਗਰਮੀ ਘੱਟ, ਮਤਲਬ ਫੈਂਟ ਕਰਮ ਵੀ ਬਹੁਤ ਚੰਗੀ ਆ। ਹਾਂਜੀ, ਫੈਂਟ ਤਾਂ ਮੱਝਾਂ ਦੀ ਆਉਂਦੀ ਹੈ ਜੀ ਇਹਦੀ। ਅੱਡ ਵੀ ਕਮਾਲ ਦਾ, ਕੱਦ ਵਿੱਢ ਵੀ ਚੰਗਾ, ਰੰਗ ਰੂਪ ਚੰਗਾ। ਇਹਦਾ ਮੁੱਲ ਕੀ ਆ ਭਰਾ? ਇਹਦਾ ਮੁੱਲ 50,000 ਆ ਜੀ। ਮਾਨਤਾਨ ਹੋ ਜੀ? ਹਾਂਜੀ ਹਾਂਜੀ ਕੀਤਾ ਜਾਊਗਾ ਜੀ। ਠੀਕ ਆ ਜੀ, 50,000 ਰੁਪਈਆ ਬਾਈ ਨੇ ਮੁੱਲ ਰੱਖਿਆ, ਬਾਕੀ ਮੌਕੇ ਦੇ ਜਿਹੜਾ ਮਾਨਤਾਨ ਜ਼ਰੂਰ ਹੋ ਜਾਊਗਾ। ਤੋਰਾ ਤਾਰਾ ਚੰਗਾ ਬਾਈ, ਥਣ ਲੇਵਾ ਚੰਗਾ, ਤੇ ਸ਼ਾਮ ਨੂੰ ਚਬਾਈ ਦੇ ਮੌਕੇ ਆਰਡਰ ਦੀ ਕੁਆਲਿਟੀ ਹੋਰ ਵਧੀਆ ਤਿਆਰ ਕਰ ਲੈਣੀ ਆ। ਹੋੜ ਲਿਆ ਬਾਈ, ਠੰਡੀ ਸੀਲਾ ਬਾਈ ਕਹਿੰਦਾ ਚਬਾਈ ਦੀ ਨੰਬਰ 1, ਮੁੱਲ ਇਹਦਾ 50,000 ਰੁਪਈਆ, ਮਾਨਤਾਨ ਜ਼ਰੂਰ ਹੋ ਜਾਊਗਾ। ਚਬਾਈ ਚ ਵੀ ਪੂਰੀ ਚੰਗੀ ਆ ਬਾਈ? ਹਾਂਜੀ, ਚਬਾਈ ਦੀ ਪੂਰੀ ਜਮਾ 1 ਨੰਬਰ ਆ, ਸੀਲ ਆ ਪੂਰੀ, ਧਾਰ ਪੋਲੀ ਆ। ਠੀਕ ਆ, ਬਾਕੀ ਆ ਤੁਹਾਨੂੰ ਥੱਲੇ ਬਹਿ ਕੇ ਵਿਖਾ ਦਿੰਦੇ ਆ ਧਾਰਾ ਮਾਰ ਕੇ। ਉਹੇ ਆ ਨੀ ਕੋਈ ਚੱਕਰ, ਜਿਵੇਂ ਆਇਆ ਲੈ, ਜਿਵੇਂ ਪਹਿਲੇ ਸੂਏ ਸੂਈ ਆ ਨਾ, ਲਓ ਲੈ ਜਿਵੇਂ ਮਰਜ਼ੀ ਆ, ਜਿਵੇਂ ਮਰਜ਼ੀ ਤੁਹਾਨੂੰ ਇਧਰੋਂ ਧਾਰ ਮਾਰ ਕੇ ਵਿਖਾ ਦਿੰਦੇ ਆ। ਆ ਦੇਖ ਲੂ ਲੈ ਬਾਈ, ਧਾਰਾਂ ਲੈ ਬਾਈ ਕਹਿੰਦਾ ਮਾਰ ਕੇ ਲੈ, ਨੇੜੇ ਕਰਦਾ ਹੀ ਮਾੜਾ ਕੈਮਰਾ। ਹਾਂ ਕੋਈ ਚੱਕਰ ਨੀ, ਮਾਰ ਦੋ। ਆ ਦੇਖ ਲਓ ਲੈ ਲੈ, ਚਬਾਈ ਬਹੁਤ ਚੰਗੀ ਹੈ ਨਾ, ਪੂਰੀ ਮੋਟੀ ਧਾਰ ਆ ਜੀ। ਸਹੀ ਗੱਲ। ਹਾਂਜੀ, ਅੱਗੇ ਬਾਈ ਝੋਟੀ ਗੱਬਣ। ਹਾਂਜੀ, ਝੋਟੀ ਗੱਬਣ ਆ ਜੀ, ਇਹ ਪਹਿਲੇ ਸੂਏ ਸੂਈ ਵੀ ਆ ਜੀ। ਆ ਸੋਰੀ, ਸੂਣ ਵਾਲੀ ਹੈ। ਹਾਂ ਠੀਕ, ਤੇ ਪਹਿਲੇ ਸੂਏ ਨੇ ਸੂਣਾ ਜੀ ਇਹਨੇ, ਇਹਦਾ ਜੀ 1.5 ਮਹੀਨਾ ਰਹਿੰਦਾ। ਠੀਕ ਆ, ਤੇ ਮਾਂ ਦਾ ਦੁੱਧ ਕਿੰਨਾ ਕਿ ਸੀ ਬਾਈ? ਇਹਦਾ ਜੀ 17 ਕਿਲੋ ਦੱਸਿਆ ਜੀ। ਠੀਕ ਆ ਬਾਈ, ਇਹ ਆਪਣੇ ਪਿੰਡੋਂ ਹੀ ਕੱਟੀ ਲਈ ਸੀ ਇੱਥੋਂ, ਇਹ ਘਰ ਦੀ ਆਪਣੀ ਪਾਲੀ ਵੀ ਹੈ ਵੀਰੇ। ਮੀਣੀ ਹੈ? ਹਾਂਜੀ ਹਾਂ, ਆਹ ਸਿੰਘ ਦਾ ਥੱਲੇ ਨੂੰ ਹੈ ਬਾਈ ਇਹਦਾ। ਠੀਕ ਹੈ, ਇੱਕ ਸਿੰਘ? ਹਾਂਜੀ, ਇੱਕ ਥੱਲੇ ਨੂੰ, ਇੱਕ ਤਾਂ ਨੂੰ ਹੈ। ਠੀਕ ਠੀਕ ਠੀਕ, ਤੇ ਨਸਲ ਪੂਰੀ ਹੈਗੀ, ਐ ਨੀ ਕੋਈ ਗੱਲ, ਜਿਵੇਂ ਇਹ ਹੁਣ ਪਹਿਲੇ ਸੂਏ ਨੇ ਸੂਣਾ ਗਾ, ਤੇ ਇਸ ਤਰ੍ਹਾਂ ਨਾ ਇੱਧਰ ਤੁਹਾਨੂੰ ਦੱਸ ਦਿੰਦੇ ਆ ਵੀ ਇਹਦਾ ਨਾ ਕਰਨੀ ਪੈਂਦੀ ਹੈ। ਆਹ ਚੀਜ਼ ਵੇਖੋ ਲੈ, ਝੋਲੀ ਦੇਖ, ਆਹ ਵੇਖ ਲੈ, ਜਿਵੇਂ ਮਰਜ਼ੀ ਥਾਂ ਖਿੱਚੀ ਜਾਓ, ਭਾਵੇਂ ਬੱਚਿਆਂ ਨੂੰ ਭਰ ਜਾਈਏ ਥੱਲੇ। ਠੀਕ ਆ ਬਾਈ, ਇਹ ਖਰਾਬ ਨੀ ਕਰਦੀ ਜਮਾ ਭੋਰਾ ਵੀ, ਪਿੱਠ ਪੁੜਾ ਬਹੁਤ ਚੰਗਾ। ਹਾਂਜੀ ਹਾਂਜੀ, ਚੰਗਾ, ਚੰਗੀ ਆ ਝੋਟੀ ਬਾਈ। ਠੰਡੀ ਸੀਲ ਲੈ ਬਾਈ, ਪੂਰੀ ਆ, ਜਿਵੇਂ ਮਰਜ਼ੀ ਹੱਥ ਲਾਈ ਚੱਲ, ਕਹਿੰਦੀ ਕੁਛ ਨੀ, ਕਰਮ ਵਾਲੀ ਪੂਛ ਚੱਕ ਕੇ ਖੜ ਜਾਂਦੀ ਆ। ਮੈਂ ਦੇਖਿਆ ਹੀ ਕੋਈ ਨੀ, ਆਹ ਦੇਖ ਲਓ, ਲਓ ਲਓ ਜੀ, ਲਓ ਥਣ ਝੋਲੀ ਬਹੁਤ ਚੰਗੀ ਆ ਹਨਾ, ਐ ਨੀ ਕੋਈ ਗੱਲ, ਹਜੇ 1.5 ਮਹੀਨਾ ਪਿਆ ਜੀ ਇਹਦਾ। ਆਰਡਰ ਦੀ ਜਿਹੜੀ ਬਣਾਉਣ ਦੀ ਇਹਦੀ ਸਟਾਰਟਿੰਗ ਇਹਨੇ ਕਰ ਲਈ, ਹਜੇ ਤਾਂ ਮਾੜਾ ਮੋਟਾ ਜਿਹਾ ਲਾਉਣ ਲੱਗੀ ਜੀ ਇਹ, ਲਾਹੂ ਲੋਹੂਗੀ, ਬਹੁਤ ਟਾਈਮ ਬਹੁਤ ਪਿਆ ਬਾਈ ਹਜੇ। ਹਾਂਜੀ, 1.5 ਮਹੀਨਾ ਦਾ ਪੱਕਾ ਹੀ ਪਿਆ ਜਾ, 5-7 ਦਿਨ ਉੱਤੇ ਵੀ ਲੈ ਜਾਂਦਾ ਜੀ ਬਸ। ਸਹੀ ਗੱਲ ਹੈ ਵੀਰੇ, ਤੇ ਕੀ ਮੁੱਲ ਆ ਭਰਾ ਇਹਦਾ? ਇਹਦਾ 1 ਲੱਖ ਆ ਜੀ। ਪੂਰਾ 1 ਲੱਖ ਰੁਪਈਆ? ਹਾਂਜੀ ਹਾਂਜੀ, ਮਾਨਤਾਨ ਹੋ ਜੀ ਬਾਈ? ਹਾਂਜੀ ਹਾਂਜੀ ਕੀਤਾ ਜਾਊਗਾ। ਠੀਕ ਆ, 1 ਲੱਖ ਰੁਪਈਆ ਬਾਈ ਨੇ ਮੁੱਲ ਰੱਖਿਆ, ਬਾਕੀ ਜਿਹੜਾ ਮੌਕੇ ਤੇ ਮਾਨਤਾਨ ਜ਼ਰੂਰ ਹੋ ਜਾਊਗਾ। ਚੰਗੀ ਆ ਬਾਈ ਝੋਟੀ, ਕੱਦ ਕਾਠ ਚੰਗਾ, ਸਿੰਘ ਦੀ ਜਿਹੜੀ ਬਣਾਵਟ ਆ ਤੁਹਾਨੂੰ ਨੇੜ ਤੋਂ ਦਿਖਾਤੀ ਬਾਈ।
ਤੇ ਫੇਸ ਬਿਊਟੀ ਚੰਗੀ ਆ, ਥਣ ਥੁਣ ਚੰਗਾ, ਹਜੇ ਕੱਚੀ ਆ ਬਈ, ਟਾਈਮ ਵਾਹਵਾ ਪਿਆ, ਉਦੋਂ ਨੂੰ ਆਰਡਰ ਦੀ ਕੁਆਲਿਟੀ ਨੇ ਕਮਾਲ ਦੀ ਤਿਆਰ ਕਰਨੀ ਆ। ਬਾਕੀ ਮਾਂ ਦਾ ਜਿਹੜਾ ਦੁੱਧ ਆ ਬਾਈ ਨੇ ਬਹੁਤ ਚੰਗਾ। ਹਾਂਜੀ ਹਾਂਜੀ, 17 ਕਿਲੋ ਦੱਸਿਆ ਜੀ ਸਾਡੇ ਪਿੰਡੋਂ ਹੀ ਮੈਂ ਲਈ ਹੈ। ਠੀਕ ਆ। ਬਾਕੀ ਸਾਰੇ ਵੀਰਾਂ ਨੂੰ ਇੱਕ ਬੇਨਤੀ ਹੈ ਵੀ ਜਿੰਨੇ ਆਪਣੇ ਤਿੰਨੇ ਪਸ਼ੂ ਹੈ, ਆਪਾਂ ਤਹਿਸੀਲੇ ਚ ਵਿਖਾਏ ਵੀ ਹੈ, ਧਾਰਾਂ ਵੀ ਵਿਖਾਈਆਂ ਗਾ, ਇਹ ਨੀ ਬੰਦਾ ਐਡੀ ਵਾਟੋ ਚੱਲ ਕੇ ਆਊਗਾ ਤੇ ਨਿਕਲੂਗਾ ਕੁਛ ਹੋਰ। ਠੀਕ ਆ। ਹਾਂਜੀ, 3 ਡੰਗ ਚੋਣੀ ਆ, ਚੋਵੋ 4 ਡੰਗ ਚੋ ਬਾਈ, ਉਹ ਤੁਹਾਡੀ ਹਿੰਮਤ ਆ ਜੀ, ਮੈਨੂੰ ਕੋਈ ਇਤਰਾਜ਼ ਨੀਗਾ। ਠੀਕ ਆ ਬਾਈ। ਤੇ ਇੱਕ ਬਾਈ ਆਪਣੇ ਕੋਲੇ ਗੱਡੀ ਹੈਗੀ ਹੈ ਨਾ ਬਾਈ? ਹਾਂਜੀ, ਗੱਡੀ ਮੇਰੇ ਕੋਲੇ ਬਲੈਰੋ ਆ ਜੀ, ਪਿਕਅਪ। ਠੀਕ ਆ। ਬਿਲਕੁਲ ਨਵੀਂ ਆ ਜੀ, ਹਜੇ ਮਹੀਨਾ ਹੀ ਹੋਇਆ ਲੈਂਦੀ ਨੂੰ। ਤੇ ਉਦਾਂ ਮੈਨੂੰ 10 ਸਾਲ ਹੋ ਗਏ ਕਿਰਾਇਆ ਪਾਉਂਦੇ ਨੂੰ। ਠੀਕ ਆ ਬਾਈ। ਤੇ ਜੇ ਕੋਈ ਵੀਰ ਸਾਡੇ ਏਰੀਏ ਦੇ ਵਿੱਚੋਂ 15-20 ਕਿਲੋਮੀਟਰ ਵੜਦੀ, ਮੰਨ ਕੇ ਚੱਲ ਮੇਰੇ ਪਿੰਡ ਤੋਂ ਸਾਈਡ ਤੇ ਵੀ ਪਸ਼ੂ ਖਰੀਦਦਾ, ਭਾਵੇਂ ਉਹ ਪੰਜਾਬ ਦਾ ਹੋਵੇ ਜਾਂ ਕਿਤੋਂ ਦਾ ਹੋਵੇ ਦੂਰ ਦਾ, ਤੇ ਆਪਣੇ ਨਾਲ ਬਾਈ ਜੀ ਉਹ ਕਿਰਾਏ ਵਾਸਤੇ ਸੰਪਰਕ ਕਰ ਸਕਦਾ। ਆਪਣੀ ਗੱਡੀ ਵੀਰ ਜੀ ਇਕੱਲੇ ਕਿਰਾਏ ਵਾਸਤੇ ਆ, ਪਸ਼ੂਆਂ ਦੇ ਕਿਰਾਏ ਵਾਸਤੇ ਆ। ਠੀਕ ਆ ਬਾਈ। ਉਹ 'ਚ ਡਾਲਾ ਵੱਡਾ ਲੱਗਿਆ ਹੋਇਆ, ਕਿਤੇ ਨੂੰ ਕੋਈ ਗਲੀ ਦੇ ਵਿੱਚ ਨੀ ਪਸ਼ੂ ਲਾਉਣ ਦੀ ਲੋੜ, ਸਿੱਧਾ ਜਿੱਥੇ ਉਹਨੇ ਬੰਨਣਾ ਕਿੱਲੇ ਦੇ ਉੱਥੇ ਹੀ ਲਾਵਾਂਗੇ। ਠੀਕ ਆ। ਮੈਟ ਤੇ ਪਰਾਲੀ ਉਹਦੇ ਵਿੱਚ ਫੁੱਲ ਸਿੱਟੀ ਵੀ ਹੋਊਗੀ। ਠੀਕ ਆ ਬਾਈ। ਤੇ ਬਾਈ ਜਿਹੜੀ ਇਹਨਾਂ ਦੀ ਪਹੁੰਚ ਆ ਉਹ ਵੀ ਕਰ ਦੋਗੇ ਹਨਾ? ਹਾਂਜੀ, ਪਹੁੰਚ ਆਪਾਂ ਕਰ ਦਾਂਗੇ ਜੀ। ਹਾਂ, ਥੋੜੇ ਖਰਚੇ ਤੇ ਕਰ ਦਾਂਗੇ। ਹਾਂਜੀ, ਉਹ ਥੋੜੇ ਖਰਚੇ ਤੇ ਜੇ ਆਪਾਂ ਕਰ ਦਾਂਗੇ ਉਹਦੇ ਤੇ ਕੋਈ ਨਹੀਂ ਕੋਈ ਚੱਕਰ। ਠੀਕ ਆ ਬਾਈ। ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ। ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ।